ਪਾਣੀ ਹਾਂਜੀ ਪਾਣੀ ਪਾਉਂਦੇ ਆ ਪਾਣੀ ਸੋ ਪਾਓ ਜੀ ਪਾਣੀ ਹੋਏ ਬਰਤਾ ਬਹਿ ਬਈ ਇੱਧਰ ਦੇ ਸਕਦੇ ਹੋ ਮੈਂ ਬਾਹਰ ਨਿਕਲਿਆ ਹਾਂ ਅਤੇ ਬੜਾ ਖੂਬਸੂਰਤ ਵਿਊ ਬਣਿਆ ਹੋਇਆ ਔਰ ਬਾਹਰ ਕੰਮ ਵਾਸਤੇ ਹੁਣ ਮੈਂ ਜਾ ਰਿਹਾ ਅੱਗੇ ਪਿੰਡ ਹੈਗਾ ਮਦਨ ਬੱਗਾ ਮਦਨ ਦੇ ਬੱਗਾ ਦੋ ਪਿੰਡ ਨੇ ਉੱਥੇ ਮੈਂ ਚੁੱਕ ਲਵਾਂਗਾ ਇਹ ਰਸਤਾ ਉੱਧਰ ਨੂੰ ਜਾ ਰਿਹਾ ਅਤੇ ਮੈਨੂੰ ਕਿ ਭੈਣ ਭਰਾ ਨੇ ਮੈਸੇਜ ਕੀਤਾ ਸੀ ਇੱਕ ਵੀਡੀਓ ਥੱਲੇ ਕਿ ਮੁਸਾ ਭਾਈ ਜਦੋਂ ਤੁਸੀਂ ਪਿੰਡ ਜਾਂਦੇ ਹੋ ਇਹਦਾ ਨਾਮ ਹੀ ਲਿਆ ਕਰੋ ਪਿੰਡ ਦਾ ਨਾਮ ਦੱਸਿਆ ਕਰੋ ਅਸੀਂ ਵੇਖ ਲੈਂਦੇ ਹਾਂ ਅਤੇ ਪਿੰਡ ਦਾ ਨਾਂ ਹੈਗਾ ਮਦਨ ਦਾ ਬੱਗਾ ਜਿੱਥੇ ਮੈਂ ਜਾ ਰਿਹਾ ਪਿੱਛੇ ਮੈਂ ਛੱਡ ਗਿਆ ਕੋਲਲੀ ਸਾਈਡ ਦਾ ਕੋਲਲੀ ਸਾਈਡ ਮੈਂ ਛੱਡ ਗਿਆ ਬਈ ਦਾ ਇਲਾਕਾ ਹੈਗਾ ਇਹ ਸਾਰਾ ਬਈ ਦਾ ਇਲਾਕਾ ਕਾਫੀ ਦੂਰ ਆ ਬਈ ਅਤੇ ਇਲਾਕਾ ਵਧੀਆ ਖੁੱਲ੍ਹਾ ਇਲਾਕਾ ਮਾਸ਼ਾਅੱਲਾ ਹਵਾ ਗਰਮੀ ਬਹੁਤ ਜ਼ਿਆਦਾ ਹਵਾ ਵੀ ਨਾਲ ਚੱਲਦੀ ਪਈ ਕੁਦਰਤੀ ਬਹੁਤ ਠੰਡੀ ਮਾਸ਼ਾਅੱਲਾ ਮਾਸ਼ਾਅੱਲਾ ਗੁਰਵਾਲੇ ਚਾਵਲ ਕਾਫੀ ਡੇਬਾ ਮੈਨੇ ਵੇਖੇ ਨੇ ਕਾਫੀ ਡੇਬਾ ਮੈਂ ਦੇਖੇ ਨੇ ਅਤੇ ਖਾ ਰਿਹਾ ਮਾਸ਼ਾਅੱਲਾ ਬਹੁਤ ਮਜ਼ਾ ਦਾ ਸ਼ਾਮ ਹੋ ਗਈ ਟਾਈਮ ਤੋਂ ਕਾਫੀ ਹੋਇਆ ਸ਼ਾਮ ਹੋ ਰਹੀ ਹੈ ਅਤੇ ਮੈਂ ਜਾ ਰਿਹਾ ਆਪਣੇ ਘਰ ਪਿੰਡ ਨੂੰ ਅਸਲ ਲਿਆ ਗਿਆ ਯਾਰਾ ਮੈਂ ਅਤੇ ਪਿੰਡ ਜਾ ਕੇ ਵੇਖਾਂਗੇ ਲਾਵਾਂਗੇ ਅਤੇ ਮੈਂ ਤੁਹਾਨੂੰ ਦੱਸਣਾ ਇਹ ਸੂਰਜ ਦਾ ਸੀਨ ਤੁਸੀਂ ਦੇਖ ਸਕਦੇ ਸੂਰਜ ਦਾ ਥੱਲੇ ਜਾ ਰਿਹਾ ਮਾਸ਼ਾਅੱਲਾ ਇਹ ਉੱਥੇ ਬੱਦਲ ਬਹੁਤ ਖੂਬਸੂਰਤ ਸੀਨ ਬਣਿਆ ਹੋਇਆ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕਮ ਮੇਰੇ ਭੈਣ ਭਰਾਓ ਕੀ ਹਾਲ ਹੈ ਤੁਹਾਡਾ ਉਮੀਦ ਕਰਨਾ ਤੁਸੀਂ ਠੀਕ ਹੋਵੋਗੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਜਿੱਥੇ ਵੀ ਰਹਿ ਰਹੇ ਹੋ ਮੇਰੇ ਭੈਣ ਭਰਾ ਖੁਸ਼ ਰਹਿਣ ਅੱਲਾਹ ਤੁਹਾਡੀਆਂ ਦਿਲ ਦੀਆਂ ਮੁਰਾਦਾਂ ਪੂਰੀਆਂ ਕਰਦਾ ਰਹੇ ਅਤੇ ਆਸਮਾਂ ਅੱਜ ਬਣਾ ਰਹੇ ਚਾਵਲ ਰਾਤ ਦਾ ਸਾਡਾ ਖਾਣਾ ਅੱਜ ਰਾਤ ਦੀ ਰੂਟੀਨ ਤੁਹਾਡੇ ਸ਼ੇਅਰ ਕਰਾਂਗੇ ਅਤੇ ਰਾਤ ਦੀ ਸਾਡੀ ਕੀ ਰੂਟੀਨ ਹੁੰਦੀ ਹੈ ਸਾਡਾ ਖਾਣਾ ਕੀ ਹੁੰਦਾ ਅਸਲਾਮ ਵਾਲੇਕਮ ਮੇਰੇ ਭੈਣ ਭਾਈਓ ਮੈਂ ਉਮੀਦ ਕਰਦੀ ਹਾਂ ਕਿ ਆਪ ਠੀਕ ਹੋ ਗਏ ਅੱਲਾਹ ਦਾ ਸ਼ੁਕਰ ਆ ਮੈਂ ਵੀ ਠੀਕ ਹੋ ਜਿੱਥੇ ਜਿੱਥੇ ਮੇਰੇ ਭੈਣ ਭਰਾ ਰਹਿੰਦੇ ਨਾਲ ਉਹਨਾਂ ਨੂੰ ਖੁਸ਼ ਰੱਖੇ ਆਬਾਦ ਰੱਖੇ ਮੇਰੇ ਭੈਣ ਭਰਾ ਤੁਹਾਨੂੰ ਦੱਸਣੇ ਅੱਜ ਦੀ ਸਾਡੀ ਕੀ ਰੂਟੀਨ ਹੈ ਤੋ ਚਲੋ ਅੱਲਾਹ ਤਾਲਾ ਤੁਹਾਡੀ ਦੁਆ ਕਬੂਲ ਕਰੇ ਅਤੇ ਸਾਡੀ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਔਰ ਜਿਹੜੇ ਭੈਣ ਭਰਾ ਨਵੇਂ ਆਉਂਦੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਲਾਈਕ ਵੀ ਕਰਨ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਇਹਨਾਂ ਦੁਆਵਾਂ ਨਾਲ ਬੁਲਾ ਕਰਨੇ ਸ਼ੁਰੂ ਤੋ ਚਲੋ ਦੇਖਦੇ ਹਾਂ ਅੱਜ ਚਾਵਲ ਕਿਸ ਤਰ੍ਹਾਂ ਇਹ ਬਣਾਉਣੇ ਆ ਔਰ ਚਾਵਲ ਅਸੀਂ ਬਿਰਿਆਨੀ ਵਾਲੇ ਬਣਾ ਰਹੇ ਹਾਂ ਪਲਾਓ ਬਣਾ ਰਹੇ ਅਸੀਂ ਅਤੇ ਨਾਲ ਮੈਂ ਖਿਆਲ ਕੀਮਾ ਕਰਾਇਆ ਹੋਇਆ ਸੀ ਕੀਮਾ ਪਿਆ ਸੀ ਸਾਡਾ ਨਾ ਈਦ ਦਾ ਕੁਛ ਕੀਮਾ ਕਰਵਾ ਕੇ ਰੱਖਿਆ ਗਿਆ ਘਰ 'ਤੇ ਉਹ ਵੀ ਪਿਆ ਸੀ ਉਹਦੀਆਂ ਕੋਈ ਅਸੀਂ ਕਬਾਬ ਬਣਾਵਾਂਗੇ ਕਬਾਬ ਟਿੱਕੀਆਂ ਜਿਹੜੀਆਂ ਹੁੰਦੀਆਂ ਉਹ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਸਾਡੇ ਨਾਲ ਪੂਰਾ ਰਹੋ ਸਾਡੀ ਵੀਡੀਓ ਨੂੰ ਪੂਰਾ ਵਾਚ ਕਰਿਓ ਅਤੇ ਚਲੋ ਬਣਾਈਏ ਅੱਛਾ ਮਾਸ਼ਾਅੱਲਾ ਬਿਰਿਆਨੀ ਬਣਦੇ ਪਈ ਆ ਤੇ ਇਹ ਬਿਰਿਆਨੀ ਦਾ ਕੁਛ ਕੁਛ ਉਹਦਾ ਤੇ ਚਲੋ ਠੀਕ ਹੈ ਕਿ ਮੇਰੀ ਵੀ ਬਣਾਓ ਫਿਰ ਬਣਾਉਂਦੇ ਹਾਂ ਇਹ ਸਾਡਾ ਕੋਈ ਸ਼ਾਮ ਦਾ ਮਾਹੌਲ ਹੈਗਾ ਸ਼ਾਮ ਦਾ ਸਾਡਾ ਖਾਣੇ ਦਾ ਇੰਤਜ਼ਾਮ ਕਰਦੇ ਪਏ ਨੇ ਅਜ਼ਾਨਾਂ ਹੋ ਗਈਆਂ ਸ਼ਾਮ ਦੀਆਂ ਅਤੇ ਚੁੱਲ੍ਹਾ ਸਾਡਾ ਹੈਗਾ ਚੁੱਲ੍ਹੇ ਦੀ ਆਵਾਜ਼ ਬਹੁਤ ਜ਼ਿਆਦਾ ਹੈਗੀ ਹੈ ਇਹ ਚੁੱਲ੍ਹਾ ਬਦਲਣਾ ਮੈਂ ਜ਼ਰਾ ਅੱਛਾ ਪਾਣੀ ਚਲੋ ਪਾਓ ਜੀ ਪਾਣੀ ਆਸਮਾਂ ਸਭਾ ਪਾ ਰਹੀਆਂ ਪਾਣੀ ਅਤੇ ਪਾਣੀ ਕੂਲਰ 'ਚ ਸਾਡਾ ਕੂਲਰ ਹੈਗਾ ਕੂਲਰ 'ਚ ਕਰਕੇ ਪਾਣੀ ਵਾਲੇ ਸੁੱਟ ਲਈਦਾ ਕਿਉਂਕਿ ਹਾਲੇ ਟੈਂਕੀ ਨਹੀਂ ਲਾਈ ਮੇਰੇ ਵਾਸ਼ਰੂਮ ਨਹੀਂ ਆਇਆ ਇਹ ਟੈਂਕੀ ਵੀ ਨਹੀਂ ਲਾਈ ਹੈਗੀ ਬਣਾਈ ਹੈਗੀ ਉਹ ਮੋਟਰ ਦਾ ਡਰੈਕਟ ਪਾਣੀ ਅਸੀਂ ਭਰਨੇ ਆ ਅਤੇ ਮੈਂ ਚਾਵਲ ਧੋਣ ਲੱਗੀ ਹਾਂ ਮੈਂ ਕਿਹਾ ਚਾਵਲ ਧੋਲਾਂ ਚਾਵਲ ਧੋਣ ਵਾਲੇ ਸੀ ਮੈਂ ਚਾਵਲ ਧੋਲਾਂ ਤਾਂ ਫਿਰ ਇਹਦੇ ਵਿੱਚ ਪਾਉਂਦੇ ਹਾਂ ਪਾਣੀ ਚਲੋ ਜੀ ਤੁਸੀਂ ਚਾਵਲ ਧੋਵੋ ਤੁਸੀਂ ਚਾਵਲ ਹਾਂਜੀ ਮੈਂ ਚਾਵਲ ਅੱਜ ਆਪਣੇ ਭੈਣ ਭਰਾਵਾਂ ਨਾਲ ਰਾਤ ਦਾ ਖਾਣਾ ਸ਼ੇਅਰ ਕਰਨੇ ਆਪਣੇ ਰਾਤ ਦੀ ਰੂਟੀਨ ਸਾਡੀ ਕੀ ਹੈ ਰਾਤ ਦਾ ਖਾਣਾ ਔਰ ਇਹ ਅਸੀਂ ਪੱਖਾ ਲਾਇਆ ਹੋਇਆ ਅਤੇ ਇਹ ਮੰਜੀ ਇੱਕ 4 ਵਜੇ ਇੱਥੇ ਡਾਈ ਹੋਈ ਹੈ ਇੱਕ 4 ਵਜੇ ਇੱਥੇ ਡਾਵਾਂਗੇ ਅਤੇ ਰੇਹੜੀ ਮਾਸ਼ਾਅੱਲਾ ਮੈਂ ਜਿਹੜੀਆਂ ਆਪਣੀ ਅੰਦਰ ਕਰਾਂਗਾ ਉੱਧਰ ਉਸ ਅੰਦਰ ਕਰਾਂਗਾ ਅਤੇ ਮੰਜੀ ਫਿਰ 10-11 ਵਜੇ ਤੱਕ ਅਸੀਂ ਬੈਠਾਂਗੇ ਇੱਥੇ ਲੇਟਾਂਗੇ ਅਤੇ ਫਿਰ ਬਾਅਦ 'ਚ ਜੋ ਮੌਸਮ ਸਾਰਾ ਠੀਕ ਹੋਏਗਾ ਠੰਡਾ ਹੋਏਗਾ ਫਿਰ ਚੱਲਾਂਗੇ ਅੰਦਰ ਸਮੇਂ ਮੈਂ ਆਉਂਦਿਆਂ ਮੇਰੇ ਆਉਂਦਿਆਂ ਨੂੰ ਚੁੱਲ੍ਹਾ ਦੇਣਾ ਉਹ ਅੰਦਰ ਰੱਖਿਆ ਹੋਇਆ ਸੀ ਅਤੇ ਮੈਂ ਚੁੱਕ ਕੇ ਬਾਹਰ ਕਿਤੇ ਯਾਰ ਲੋਅ ਦੇ 'ਚ ਮੈਂ ਕਹਿੰਦਾ ਇੱਕ ਲੋਅ ਦੇ 'ਚ ਅੱਛਾ ਮੂਵੀ ਅੱਛੀ ਵੀਡੀਓ ਬਣ ਜਾਏਗੀ ਸਾਡੀ ਚਾਵਲ ਪਾਣ
चाव था सुबह भी खाते जाने साला नहीं आएगा माशाल्लाह जी माशाल्लाह देख सकते हो तुम वाह जी वाह चलो जी वाह गफरान भुख लगी होनी है नहीं गफरान गफरान लगी है भुख गफरान कह चावल हाँ जी मैं उबाले हो मैं मोटे कुछ कीमा है कबाब कहते तवे बना लो तवे बन जा माशाल्लाह चलो कीमा करा एक दिन पहले साला बना लिया ओदा भी वीडियो बना सके मैं कम ते है अज बनाने माशाल्लाह ते अच्छा बाल है मैं टिक्की शामी कबाब जिन्हों कहते हैं पहली दफा ही है बस पहले नहीं कदम बनाया है सोचा चलो गोशे पिया होया कोई आइटम बन जाए कोई बनाना शेयर करना वीडियो बन जाएगी साड़ी सदा ब्लॉग अज का शानदार आ गया ही जामुन बिरयानी जामुन लगी हुई भुख तो जामुन सब तो पहले पा रहे देखो जामुन तो शुरू हो गया है अब बना लीए बाद बच्चों को दिने फिर माशाल्लाह शामी साड़ी तैयार हो रही है शामी कबाब टिक्की टैप बना रहे माशाल्लाह और गफरा कह रहे हैं दो मैं भी ना त्याग कर रहा वाह जी वाह अच्छा दिन पुत्र देते हैं अभी गफरा के भी दो और हरम भी आ गए हरम पीछे हट जाओ चलो माशाल्लाह मैं पाव सुटा और छिटा पैन दिया घ्यो दिया छिटा और नाना तैयार हो रहा है ठीक है मजा है दिखाओ इधर और लिया जी अंदर खाइए खाना खाना तैयार हो गया टिक्कियां माशाल्लाह साड़ियां तैयार ने ते चलो माशाल्लाह चावल साढ़े हो गए तैयार है कुछ बच्चे कमैल खा रहे चावल पिलाओ साड़ा हरा फातमा भी खा रही है तो कुछ है साड़ा रात की रूटीन और साड़ा रात का खाना और मेरे वास्ते पाए ने चावल बहुत अच्छे मज़ेदार लग रहे ने मैं खा के वेखे ने बिरयानी चौल कुछ सीन है ठीक है जी भैन भराओ ए साडा रात दा रूटीन मेरे भैन भरा यही सारी रात की रूटीन है कट्ठे बह खाना और साडा बनाने का ब्लॉग बनाने का वीडियो बनाने का मकसद है कि जो बाहर के प्रदेश लोग रह रहे बाहर लै अजे भैन भरा रह रहे हैं उन्होंने अपनी अगर रूटीन दिखाने गर्मी से चार बजे इतने बैठे होंगे चार बजे बह खाने कट्ठे हो गए तो सर्दियां आते फिर अभी अंदर बह जाने अंदर जाके खाने अपने चटाई बिछा के अज का बड़ा मजेदार खाना अभी शामी टिक्कियां बनाई हुई है टिक्कियां शामी कबाब बनाए उन्होंने तो नाल चावल पुलाओ बनाया है तो मैं भैन भराओ साढ़े दुआ दुआ करो और अल्लाह ताला तुहानू खुश रखे बाद रखे साढ़े लोग भी दुआ करते रहो तो मैनू इस दुआ ने इजाजत दियो अल्लाह हाफिज़।